ਹੋਰ ਸਿਮਰਨ ਕੀ ਹਾਲ ਆ? ਵਧੀਆ ਬਾਈ, ਤੂੰ ਦੱਸ? ਵਧੀਆ ਬਾਈ ਯਾਰ, ਹੋਰ ਤੇਰੀ ਆਈਐਲਟਸ ਦੀ ਤਿਆਰੀ ਕਿਵੇਂ ਚੱਲਦੀ ਆ? ਬਾਈ ਕੋਰਸ ਤਾਂ ਹੋਇਆ ਪੂਰਾ ਦੇਖਾ ਆਈਐਲਟਸ ਦਾ। ਅੱਛਾ। ਪਰ ਉਹ ਘਰਦੇ ਕਹਿੰਦੇ ਪੇਪਰ ਦੇ ਦੇ ਪੇਪਰ ਦੇ ਦੇ। ਅੱਛਾ। ਪਰ ਮੈਨੂੰ ਯਾਰ ਅੰਦਰੋਂ ਡਰ ਆ ਵੀ ਪੇਪਰ ਤਾਂ ਨਹੀਂ ਕਲੀਅਰ ਹੋਊ, ਪਤਾ ਨਹੀਂ ਹੋਊ। ਅੱਛਾ। ਯਾਰ 3500 ਰੁਪਏ ਲਾਣਾ ਸੌਖਾ ਥੋੜੀ ਗੱਲ ਆ ਯਾਰ। ਅੱਛਾ। ਤੂੰ ਯਾਰ ਮੌਕ ਟੈਸਟ ਕਿਉਂ ਨਹੀਂ ਟਰਾਈ ਕਰਦਾ? ਇੰਗਲਿਸ਼ ਮੈਂਟਰ ਵਾਲੇ ਮੌਕ ਟੈਸਟ ਕਰਵਾ ਰਹੇ ਨੇ। ਬਾਈ ਟੈਸਟ ਕਿੱਥੇ ਕਦੋਂ ਹੋ ਰਿਹਾ? ਇਹ ਵੀਰੇ ਇੰਗਲਿਸ਼ ਮੈਂਟਰ ਹੋ ਰਿਹਾ ਲੀਲਾ ਭਵਨ ਪਟਿਆਲਾ, ਇਹ ICICI ਬੈਂਕ ਦੇ ਓਪੋਜ਼ਿਟ ਆ ਤੇ 28 ਤਰੀਕ ਨੂੰ ਹੋ ਰਿਹਾ। ਰਜਿਸਟ੍ਰੇਸ਼ਨ ਫੀਸ ਆ ਬਸ 150 ਰੁਪਈਆ। ਅੱਛਾ। ਹਾਂ ਟਰਾਈ ਮੈਂ ਵੀ ਜਾ ਕੇ ਕਰਾ ਕੇ ਆਉਂਗਾ। ਟਰਾਈ ਕਰਕੇ ਦੇਖ ਲਾ, ਬਾਕੀ ਇਨਵਾਇਰਨਮੈਂਟ ਸੇਮ ਆ, ਸੇਮ ਕ੍ਰਾਈਟੇਰੀਆ ਪੇਪਰ ਦਾ। ਵੀ ਸੇਮ ਸਪੀਕਿੰਗ ਆ, ਸੇਮ ਚੈਕਿੰਗ ਹੁੰਦੀ ਹੈ ਮੇਰੀ? ਹਾਂ ਸੇਮ, ਉਵੇਂ ਚੈਕਿੰਗ ਹੋਊਗੀ, ਸਭ ਕੁਝ ਉਵੇਂ ਹੋਊਗਾ। ਠੀਕ ਆ। ਇਹ ਬਾਕੀ ਹੋਰਾ ਮੰਗੂ ਤਾਂ ਨਹੀਂ ਵੀ ਕਿਤੇ ਦੱਸਦੇ ਕੁਝ ਹੋਰ ਨਹੀਂ ਕਰਾਉਂਦੇ ਕੁਝ ਹੋਰ? ਨਹੀਂ ਨਹੀਂ, ਸੇਮ ਇਨਵਾਇਰਨਮੈਂਟ ਹੋਊਗਾ ਜਿਵੇਂ ਅਸਲੀ ਪੇਪਰ 'ਚ ਹੁੰਦਾ। ਅੱਛਾ ਬਾਈ, ਤੈਨੂੰ ਕੀ ਪਤਾ ਲੱਗਿਆ? ਮੈਂ ਇਹਦਾ ਯੂਟਿਊਬ ਚੈਨਲ ਸਬਸਕ੍ਰਾਈਬ ਕੀਤਾ ਵਾ, ਉਹ ਤੋਂ ਸਾਰੀਆਂ ਅਪਡੇਟਸ ਪਤਾ ਲੱਗਦੀਆਂ ਰਹਿੰਦੀਆਂ ਮੈਨੂੰ। ਚਲ ਫਿਰ ਵੀ ਮੈਂ ਵੀ ਅੱਜ ਜਾ ਕੇ ਕਰਦਾ। ਹਾਂ ਅੱਜ ਰਜਿਸਟ੍ਰੇਸ਼ਨ ਕਰਵਾ ਦੇ, ਬਾਕੀ ਫਿਰ ਤੈਨੂੰ ਸਾਰਾ ਪਤਾ ਲੱਗ ਜਾਊਗਾ। ਠੀਕ ਹੈ, ਅੱਜ ਹੀ ਕਰਾ ਦੇਣਾ। ਹਾਂ ਜੇ ਤੁਸੀਂ ਵੀ ਆਪਣਾ ਲੈਵਲ ਚੈੱਕ ਕਰਨਾ ਚਾਹੁੰਦੇ ਹੋ 13000 ਖਰਚਣ ਤੋਂ ਪਹਿਲਾਂ, ਇੰਗਲਿਸ਼ ਮੈਂਟਰ ਕੰਡਕਟ ਕਰਵਾ ਰਹੇ ਆ, ਆਇਲਸ ਦਾ ਮੌਕ ਟੈਸਟ। ਸੀਟ ਬੁੱਕ ਕਰਨ ਲਈ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ 'ਤੇ ਜਾਓ ਅਤੇ ਆਪਣੀ ਸੀਟ ਬੁੱਕ ਕਰੋ।